ਚੋਚਰ ਹੋ ਗਿਆ ਸੁਦੀਕ ਸਾਹਿਬ ਕਾਂਗਰਸ ਪਾਰਟੀ ਨਾਲ ਜੁੜਿਆ ਨੂੰ ਮੇਰੀ ਖੁਸ਼ਕਿਸਮਤੀ ਇਹ ਹੈ ਵੀ ਮੈਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਟੇਜ ਤੇ ਗਿਆ ਇਹ ਉਹਨਾਂ ਦਾ ਪੰਜਾਬ ਦਾ ਆਖਰੀ ਵਿਜ਼ਿਟ ਸੀਗਾ ਕਿਹੜੇ ਸਾਲ ਸਾਨੂੰ ਰਾਜਪੁਰੇ ਆਏ ਸੀਗੇ ਸਨ ਮੈਨੂੰ ਯਾਦ ਵੀ ਹੈ ਸ਼ਾਇਦ 60 60 ਜਾਂ 61 ਸੀ ਠੀਕ ਹੈ ਇਹ ਮੈਨੂੰ ਯਾਦ ਹੈ 60 ਜਾਂ 61 ਸੀਗਾ ਰਾਜਪੁਰੇ ਆਏ ਸੀਗੇ ਬਹੁਤ ਦੁਨੀਆ ਸੀ ਮੈਂ ਉਹਦੀ ਸਟੇਜ ਤੇ ਗਿਆ ਮੈਂ ਉਹਨਾਂ ਦੇ ਲੈਕਚਰ ਤੋਂ ਇਨਾ ਪ੍ਰਭਾਵਿਤ ਹੋਇਆ ਬਈ ਉਸੇ ਵੇਲੇ ਚਲੋ ਇਹ ਤਾਂ ਮਹਿਕਮੇ ਦੀ ਗੱਲ ਸੀ ਮਹਿਕਮਾ ਪਬਲਿਕ ریلیشن ਜਿਹੜਾ ਹੁੰਦਾ ਲੋਕ ਸੰਪਰਕ ਦਾ ਉਹਨਾਂ ਨੇ ਮੈਨੂੰ ਉੱਥੇ ਰੱਖ ਲਿਆ ਹਮ ਨੌਕਰੀ ਦੇ ਦਿੱਤੀ ਪਹਿਲਾਂ ਡਿਲੀਗੇਟਲੀ ਵਸਤਾਂ ਰੱਖਿਆ ਬਾਅਦ ਵਿੱਚ ਮੈਨੂੰ ਪਰਮਨੈਂਟ ਕਰ ਲਿਆ ਲੇਕਿਨ ਮੇਰੇ ਦਿਮਾਗ ਔਰ ਦਿਲ ਦੇ ਵਿੱਚ ਪੰਡਿਤ ਜੀ ਦੀ ਸਪੀਚ ਉਹਨਾਂ ਦਾ ਬੜਾ ਮਿੱਠਾ ਮਿੱਠਾ ਬੋਲਣਾ ਉਹ ਐਸਾ ਦਿਮਾਗ ਤੇ ਹੋਇਆ ਮੈਂ ਕਹਿੰਦਾ ਯਾਰ ਬਹੁਤ ਫਿਰ ਕੁਦਰਤੀ ਗੱਲ ਹੈ ਉਸ ਵੇਲੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਨ ਸਰਦਾਰ ਪ੍ਰਤਾਪ ਸਿੰਘ ਕਹਿੰਰੋ ਜੀ ਬੜੀਆਂ ਉਚਾਈਆਂ ਦੀਆਂ ਗੱਲਾਂ ਸੀ ਬਹੁਤ ਉਸ ਵੇਲੇ ਤਰੱਕੀ ਹੋ ਰਹੀ ਸੀ ਹਾਂਜੀ ਇਹ ਸੜਕਾਂ ਸਕੂਲ ਤੇ ਡਿਸਪੈਂਸਰੀਆਂ ਇਹ ਪਿੰਡਾਂ 'ਚ ਜਾ ਰਹੀਆਂ ਸੀਗੀਆਂ ਮੈਂ 6 ਸਾਲ ਲੋਕ ਸੰਪਰਕ ਵਿਭਾਗ ਦੇ ਵਿੱਚ ਕੰਮ ਕੀਤਾ ਮੈਨੂੰ ਅੱਛਾ ਲੱਗਿਆ ਮੈਨੂੰ ਪਾਰਟੀ ਦੀ ਪਾਲਿਸੀ ਅੱਛੀ ਲੱਗੀ ਪਾਰਟੀ ਦੇ ਕੰਮ ਕਰਨ ਦਾ ਤਰੀਕਾ ਅੱਛਾ ਲੱਗਿਆ ਤਾਂ ਮੈਂ ਮਤਲਬ ਇਹਦੇ ਵਿੱਚ ਤੁਸੀਂ ਇਹ ਸਮਝ ਲਵੋ 70 ਦੇ ਕਰੀਬ ਜੁੜ ਗਏ ਹਾਂ ਪਾਰਟੀ 'ਚ 1970 ਦੇ ਨੇੜੇ ਤੇੜੇ ਨਹੀਂ ਪਾਰਟੀ ਦੇ ਵਿੱਚ ਤਾਂ ਮੈਂ ਉਦੋਂ ਹੀ ਆ ਗਿਆ ਸੀਗਾ ਮਤਲਬ ਜੋ ਆਈ ਨਹੀਂ ਸੀ ਕੀਤੀ ਲੇਕਿਨ ਕਿਉਂਕਿ ਮੈਨੂੰ ਲੱਗੇ ਸੀਗੇ ਲੋਕ ਸੰਪਰਕ ਦੇ ਵਾਗ ਦੇ ਵਿੱਚ ਇਸ ਕਰਕੇ ਉਹ ਕਾਂਗਰਸ ਲਈ ਕਮ ਇਸ ਕਿਉਂਕਿ ਮੈਂ ਮੈਂ ਸਦੀਕ ਸਾਹਿਬ ਇਹ ਸਵਾਲ ਇਸ ਲਈ ਪੁੱਛ ਰਿਹਾ ਕਿ ਅੱਜ ਕੱਲ ਤਾਂ ਘੰਟੇ ਦਾ ਕਿਸੇ ਦਾ ਪਤਾ ਨਹੀਂ ਹੁੰਦਾ ਕਿ ਜੇ ਸਵੇਰੇ ਇੱਕ ਲੀਡਰ ਕਿਸੇ ਪਾਰਟੀ 'ਚ ਹੈ ਤਾਂ ਸ਼ਾਮ ਨੂੰ ਉਹ ਕਿਸੇ ਦੂਜੀ ਪਾਰਟੀ 'ਚ ਵੀ ਹੋ ਜਾਂਦਾ ਸੋ ਇੱਕ ਪਾਰਟੀ ਨਾਲ ਲੰਮਾ ਸਮਾਂ ਜੁੜ ਕੇ ਰਹਿਣਾ ਤੁਹਾਡਾ ਤਜਰਬਾ ਜਾਂ ਤੁਹਾਡੇ ਤੁਹਾਡੀ ਤੁਹਾਡੀ ਸੋਚ ਇਸ ਇਸ ਨੂੰ ਕਿਵੇਂ ਦੇਖਦੀ ਹੈ ਦੇਖੋ ਮੈਂ ਆਪਣੇ ਮੂੰਹੋਂ ਮੇਰਾ ਮਿੱਠੂ ਬਣੂ ਇਹ ਤਾਂ ਅਛਾ ਨਹੀਂ ਲੱਗਦਾ ਲੇਕਿਨ ਮੈਂ ਆਪਣੀ ਸੋਚ ਬਾਰੇ ਇਹ ਦੱਸ ਦਿਲਣਾ ਬਈ ਜਿਹੜੀ ਗੱਲ ਮੈਨੂੰ ਚੰਗੀ ਲੱਗਦੀ ਹੈ ਮੈਂ ਉਹੀ ਕਰਦਾ ਜਿਹੜੀ ਨਹੀਂ ਚੰਗੀ ਲੱਗਦੀ ਨਹੀਂ ਕਰਦਾ ਜਦੋਂ ਮੈਂ ਤੁਰਦਾ ਮੈਂ ਸਿੱਧਾ ਤੁਰਦਾ ਖੱਬੇ ਸੱਜੇ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਹੋ ਸਕਦਾ ਕਈ ਵਾਰੀ ਖੱਬੇ ਹੋ ਜਾਂ ਸੱਜੇ ਹੋ ਕੋਈ ਆਕੇ ਐਕਸੀਡੈਂਟ ਕਰ ਦੇਵੇ ਪਰ ਮੇਰਾ ਜਿਹੜਾ ਤੀਚਾ ਹੁੰਦਾ ਉਹ ਸਿੱਧਾ ਚੱਲਣ ਦਾ ਹੁੰਦਾ ਇਸ ਕਰਕੇ ਮੈਂ ਕਦੇ ਸੋਚਿਆ ਵੀ ਨਹੀਂ ਹੈਗਾ ਕਿ ਮੈਂ ਪਾਰਟੀ ਛੱਡ ਦੂੰਗਾ ਪਾਰਟੀ ਛੱਡਣ ਦੇ ਜਿਹੜੇ ਮੈਂ ਹੁਣ ਦੇਖ ਰਿਹਾ ਗੱਲਾਂ ਉਹ ਸਿਰਫ ਦੋ ਹੀ ਮਤਲਬ ਵਜਾ ਹੁਲੀ ਨੇ ਇੱਕ ਡਰ ਦੂਜਾ ਲਾਲਚ ਡਰ ਮੈਨੂੰ ਕਿਸੇ ਦਾ ਨਹੀਂ ਹੈ ਕਿਉਂਕਿ ਮੈਂ ਕਦੇ ਜ਼ਿੰਦਗੀ ਵਿੱਚ ਕੋਈ ਗਲਤ ਕੰਮ ਕੀਤਾ ਨਹੀਂ ਹੈ ਲਾਲਚ ਮੈਨੂੰ ਕੋਈ ਨਹੀਂ ਹੈ ਮੈਂ ਨਾ ਤਾਂ ਵੱਡੀਆਂ ਗੱਡੀਆਂ ਲੈਣੀਆਂ ਨੇ ਨਾ ਵੱਡੇ ਮਹਿਲ ਬਸਾਰਨੇ ਨੇ ਛੱਤ ਵੀ ਜ ਪਰਮਾਤਮਾ ਨੇ ਦਿੱਤੀ ਹੋਈ ਹੈ ਕੱਪੜੇ ਵੀ ਪਾਏ ਹੋਏ ਨੇ ਰੋਟੀ ਵੀ ਕੋਸ਼ਿਸ਼ ਤਾਂ ਹੋਈ ਹੁਣੀ ਹੈ ਲਾਲਚ ਦੇਣ ਦੀ ਹਾਂ ਲੋਕਾਂ ਬਲ ਤਾਂ ਹੁੰਦਾ ਹਰ ਬੰਦਾ ਚਾਹੁੰਦਾ ਹੈ ਕਿ ਸਾਡਾ ਪਰਿਵਾਰ ਵਧ ਜਾਵੇ ਚਾਹੇ ਕਿਸੇ ਤਰੀਕੇ ਨਾਲ ਵੀ ਵਧੇ ਹੈ ਜੀ ਤੇ ਪਰ ਮੇਰਾ ਮਨ ਨਹੀਂ ਮੰਨਿਆ ਹੂੰ ਸਦੀਕ ਸਾਹਿਬ ਤੁਸੀਂ ਸੱਜੇ ਖੱਬੇ ਦੇਖਦ ਨਹੀਂ ਹੈਗੇ ਤਾਂ ਹੀ ਤਾਂ ਨਹੀਂ ਕਿਤੇ ਕੋਈ ਸੱਜੇ ਖੱਬੇ ਤੋਂ ਤੁਹਾਡੀ ਟਿਕਟ ਨੂੰ ਟੱਕਰ ਮਾਰ ਕੇ ਲੈ ਗਿਆ ਨਾਲ ਹੋ ਸਕਦਾ ਉਹਨਾਂ ਦਾ ਐਸਾ ਇਰਾਦਾ ਹੋਵੇ ਕਿਹਾ ਜਾਂਦਾ ਹੈ ਕਿ ਸਾਹਮਣੇ ਦੇਖ ਰਹੇ ਹੋ ਦੇਖ ਰਹੇ ਹੋ ਸੱਜੇ ਖੱਬੇ ਜਿਆਦਾ ਮਤਲਬ ਤੁਸੀਂ ਟਿਕੜਮ ਬਾਜ਼ੀਆਂ ਨਹੀਂ ਗੜਮ ਬਾਜ਼ੀਆਂ ਜੋ ਗਾਰੋ ਕਹਿਣਾ ਚਾ ਰਹੇ ਹੈ ਕਿ ਤੁਸੀਂ ਟਿਕੜਮ ਬਾਜ਼ੀਆਂ ਨਹੀਂ ਸਿੱਖ ਪਾਈ ਰੱਬ ਦਾ ਨਾਮ ਸਖਾ ਬੀ ਅੱਛੀ ਗੱਲ ਹੈ ਮੇਰੇ ਮਨ ਨੂੰ ਸ਼ਾਂਤੀ ਬਹੁਤ ਹੈ ਮੈਂ ਸਾਫ਼ ਗੱਲ ਦੰਦਾ ਟਿਕਟ ਨਾ ਮਿਲਣ ਦਾ ਦੁੱਖ ਜ਼ਰੂਰ ਹੁੰਦਾ ਕਿਉਂਕਿ ਮੈਂ ਇਨਸਾਨ ਹਾਂ ਪੱਥਰ ਨਹੀਂ ਹਾਂ ਠੀਕ ਹੈ ਹਾਂ ਦਰਸਤ ਗੱਲ ਹੈ ਦੁੱਖ ਜ਼ਰੂਰ ਹੁੰਦਾ ਪਰ ਇਹ ਵੀ ਗੱਲ ਨਹੀਂ ਆ ਵੀ ਤੁਸੀਂ ਦੁੱਖ ਨੂੰ ਗੱਲ ਕੇ ਪਾ ਕੇ ਤੁਰੇ ਫਿਰੋ ਅੱਛਾ ਨਹੀਂ ਲੱਗਦਾ ਹੈ ਜੀ ਜਿਹੜਾ ਸਮਾਂ ਬੀਤ ਗਿਆ ਉਹ ਬਹੁਤ ਅੱਛਾ ਸੀਗਾ ਅਗਲੇ ਸਮੇਂ ਦੀ ਉਡੀਕ ਕਰੋ ਅੱਛਾ ਆ ਜਾਊਗਾ ਪਾਰਟੀ ਨੇ ਕਿਹਾ ਵੀ ਉਮੀਦਵਾਰਾਂ ਲਈ ਨਿਕਲੋ ਪ੍ਰਚਾਰ ਕਰੋ ਔਰ ਕਰੋਗੇ ਅਗਲੇ ਦਿਨਾਂ ਤੋਂ ਹਾਂ ਮੈਨੂੰ ਪਾਰਟੀ ਦਾ ਹੁਕਮ ਹੋਊਗਾ ਮੈਂ ਜ਼ਰੂਰ ਕਰੂੰਗਾ ਨਹੀਂ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਤੁਸੀਂ ਬਿਲਕੁਲ ਇਸ ਸਮੇਂ ਐਕਟਿਵ ਨਹੀਂ ਪਿੱਛੇ ਬਹੁਤ ਘੱਟ ਦਿਨ ਹੈ ਹੁਣ ਇਲੈਕਸ਼ਨ ਨੂੰ ਜਿਸ ਜਿੱਥੇ ਤੁਸੀਂ ਐਮਪੀ ਹੋ ਉੱਥੇ ਵੀ ਤੁਸੀਂ ਪ੍ਰਚਾਰ ਚ ਐਕਟਿਵ ਨਜ਼ਰ ਨਹੀਂ ਆ ਰਹੇ ਨਹੀਂ ਹਾਲੇ ਮੈਂ ਇਸ ਕਰਕੇ ਬੈਠਾ ਸੀਗਾ ਵੀ ਮੈਨੂੰ ਹਾਲੇ ਕੋਈ ਲੈਟਰ ਨਹੀਂ ਮਿਲਿਆ ਮੈਨੂੰ ਕੋਈ ਆਰਡਰ ਨਹੀਂ ਮਿਲਿਆ ਜਦ ਤੱਕ ਮੈਨੂੰ ਲੈਟਰ ਨਹੀਂ ਮਿਲਦਾ ਆਰਡਰ ਨਹੀਂ ਮਿਲਦਾ ਉਦੋਂ ਤੱਕ ਮੈਂ ਰੱਖਿਓ ਕਿ ਇਹ ਜਿਹੜਾ ਮੇਰਾ ਉਹਦਾ ਮੈਨੂੰ ਉਹਦਾ ਨਿਆ ਹੋਇਆ ਆਰਡਰ ਕੌਣ ਦੇਗਾ ਹਾਈ ਕਮਾਂਡ ਦੇਊਗਾ ਹਾਈ ਕਮਾਂਡ ਤੋਂ ਭਾਵ ਰਾਜਾ ਬੜਿੰਗਿਆ ਰਾਹੁਲ ਗਾਂਧੀ ਇਹ ਹੁਣ ਹਾਈ ਕਮਾਂਡ ਹੀ ਫੈਸਲਾ ਕਰੂਗਾ ਵੀ ਉਹਨਾਂ ਵਿੱਚੋਂ ਹਾਈ ਕਮਾਂਡ ਕੌਣ ਹੈ ਨਹੀਂ ਪਰ ਦੇਖੋ ਵਰਕਰਾਂ ਦਾ ਤਾਂ ਕੰਮ ਹੁੰਦਾ ਨਾ ਜੇ ਤੁਸੀਂ ਆਪਣੇ ਆਪ ਨੂੰ ਕਾਂਗਰਸ ਦਾ ਵਰਕਰ ਮੰਨਦੇ ਹੋ ਵਰਕਰਾਂ ਦਾ ਕੰਮ ਹੁੰਦਾ ਹੈ ਕਿ ਵਰਕਰ ਜਿਵੇਂ ਇਲੈਕਸ਼ਨ ਦੀ ਅਨਾਉਂਸਮੈਂਟ ਹੋਗੀ ਇਕੋ ਲੱਗਦਾ ਐਕਟੀਵੇਟ ਹੋ ਜਾਂਦੇ ਨੇ ਕਿ ਹੁਣ ਅਸੀਂ ਜਾਈਏ ਆਪਣੇ ਲੋਕਾਂ ਨੂੰ ਨਾਲ ਜੋੜੀਏ ਕਰੀਏ ਜਿਤਾਈਏ ਸਾਹੋ ਕੇ ਤੁਹਾਡੇ ਹੈ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਡੇ ਪਸੰਦ ਦੇ ਉਮੀਦਵਾਰ ਕਿਹਨਾਂ ਨੇ ਕੀਤਾ ਜੀ ਜੋ ਕੈਂਡੀਡੇਟ ਨੇ ਨਾ ਹਾਂ ਜੀ ਕੀਤਾ ਸੀਗਾ ਲੇਕਿਨ ਮੈਂ ਇਸ ਕਰਕੇ ਨਹੀਂ ਗਿਆ ਮੈਂ ਆਪ ਜੀ ਨੂੰ ਸੱਚੀ ਗੱਲ ਦੱਸਦਾ ਜਿਸ ਹੋਂਦ ਤੇ ਮੈਨੂੰ ਲੋਕਾਂ ਨੇ ਬਚਾਇਆ ਜੀ ਐਮਪੀ एमपी एममी किसे टेलीफोन पर चला फिरना वो नहीं अच्छा नहीं लगता खास तौर पे इस गल वास्ते कोई बंदा कहे यार ਸਾਡੇ ਨਾਲ ਕੰਮ ਕਰ ਐਸਾ اچھا ਨਹੀਂ ਲੱਗਦਾ ਕਿਉਂਕਿ ਮੈਂ ਆਮ ਵਰਕਰ ਪਹਿਲਾਂ ਸੀਗਾ ਮੈਨੂੰ ਜਿੱਥੇ ਵੀ ਬੁਲਾਇਆ ਗਿਆ ਮੈਂ ਉੱਥੇ ਹੀ ਗਿਆ ਸੋ ਤੁਸੀਂ ਕਹਿ ਰਹੇ ਹੋ ਕਿ ਇੱਕ ਪਾਰਟੀ ਪ੍ਰੋਟੋਕੋਲ ਦੇ ਮੁਤਾਬਕ ਚੱਲੇ ਤਾਂ ਉਹ ਜ਼ਿਆਦਾ ਠੀਕ ਹੈ। ਅੱਛੀ ਗੱਲ ਹੁੰਦੀ ਹੈ ਕਿਉਂਕਿ ਇੱਕ ਆਉਦਾ ਐਮਐਲਏ ਦਾ ਵੀ ਐਮਪੀ ਦਾ ਵੀ ਜਣੇ ਤੁਹਾਨੂੰ 16 17 ਲੱਖ ਬੰਦਾ ਚੁਣਤ ਚੁਣਦਾ ਹੈ ਫਿਰ ਤੁਸੀਂ ਹਰ ਇੱਕ ਨੇ ਟੈਲੀਫੋਨ ਤੇ ਇੱਥੇ ਨੂੰ ਆ ਜਾ ਇੱਧਰ ਨੂੰ ਆ ਜਾ। ਉਹ ਅਲੱਦਾ ਗੱਲਾਂ ਨਹੀਂ ਮੈਂ ਇਹ ਸਮਝਦਾ ਕਿ ਉਸ ਅਹੁਦੇ ਦੀ ਬੇਇੱਜ਼ਤੀ ਹੈ ਅੱਛਾ ਜਦੋਂ ਇਹ ਚਰਚਾਵਾਵਾਂ ਚੱਲ ਪਈਆਂ ਸੀ ਸਦੀਕ ਸਾਹਿਬ ਕੇ ਸ਼ਾਇਦ ਤੁਹਾਨੂੰ ਟਿਕਟ ਨਹੀਂ ਮਿਲੇਗੀ ਕਿਸੇ ਹੋਰ ਨੂੰ ਕੁਝ ਦਿਨ ਪਹਿਲਾਂ ਇਸ ਦੀਆਂ ਚਰਚਾਵਾਵਾਂ ਚੱਲ ਪਈਆਂ ਸੀ ਉਸ ਤੋਂ ਬਾਅਦ ਟਿਕਟ ਅਨਾਉਂਸ ਵੀ ਹੋ ਗਈ ਕਿਸੇ ਹੋਰ ਦੀ ਹਾਂਜੀ ਤੁਹਾਨੂੰ ਪਹਿਲਾਂ ਜਾਂ ਬਾਅਦ ਚ ਅਪਰੋਚ ਕੀਤਾ ਦੂਜੀਆਂ ਪਾਰਟੀਆਂ ਨੇ ਕਿ ਸਾਡੇ ਕੋਲ ਆ ਜਾਓ ਅਸੀਂ ਟਿਕਟ ਦੇ ਦਿੰਦੇ ਆ ਨਹੀਂ ਬਾਅਦ ਚ ਤਾਂ ਕਿਸੇ ਨੇ ਨਹੀਂ ਕੀਤਾ ਕਿਉਂਕਿ ਮੇਰੇ ਸਾਡੀ ਪਾਰਟੀ ਜਿਹੜੀ ਹੈ ਉਹ ਤਕਰੀਬਨ ਇੱਕ ਬੰਦਾ ਤਾਂ ਉੱਥੇ ਮਤਲਬ ਫੈਸਲੇ ਕਰ ਦਿੰਦੀ ਹੈ ਠੀਕ ਹੈ ਹਾਂਜੀ ਅ ਪੂਰਾ ਹਾਈ ਕਮਾਂਡ ਫੈਸਲੇ ਕਰਦਾ ਉਹਨਾਂ ਦੀ ਕਦੋਂ ਸਲਾਹ ਬਣਦੀ ਹੈ ਉਹਨਾਂ ਦੇ ਕਦੋਂ ਫੈਸਲੇ ਇੱਕ ਲਖਤ ਹੁੰਦੇ ਨੇ ਹੁੰਦੇ ਨੇ ਵੀ ਅੱਜ ਫੈਸਲਾ ਕਰਨਾ ਹੈ ਇਸ ਕਰਕੇ ਫੈਸਲਾ ਥੋੜੀ ਦੇਰ ਬਾਅਦ ਹੋਇਆ ਲੇਕਿਨ ਉਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਅਨਾਉਂਸ ਹੋਏ ਨੇ ਉਹਨੂੰ ਮੇਰੇ ਮੈਨੂੰ ਅਪਰੋਚ ਕੀਤਾ ਗਿਆ ਸੀਗਾ ਤੇ ਮੈਂ ਹੱਥ ਬੰਨ ਦਿੱਤੇ ਤਾ ਸੌਰੀ ਕੋਈ ਆਫਰ ਵੀ ਨਾਲ ਹੁੰਦਾ ਹੈ ਅਪਰੋਚ ਕਿਵੇਂ ਹੁੰਦਾ ਲੋਕ ਜਾਣਨਾ ਚਾਹੁੰਦੇ ਨੇ ਅਪਰੋਚ ਕੋਈ ਫੋਨ ਕਰਕੇ ਕਹਿੰਦਾ ਕਿ ਸਾਡੇ ਵਾਲੇ ਪਾਸੇ ਆਜੋ ਜਾਂ ਫਿਰ ਨਾਲ ਕੋਈ ਆਫਰ ਹੁੰਦਾ ਕਿ ਜੇ ਤੁਸੀਂ ਜਿੱਤ ਗਏ ਅਸੀਂ ਸੈਂਟਰ ਚ ਸਰਕਾਰ ਬਣ ਗਈ ਮੰਤਰੀ ਬਣਾ ਦਾਂਗੇ ਸੂਬੇ ਚਾਹ ਦੇ ਦਾਂਗੇ ਉਹ ਦੇ ਦਾਂਗੇ ਕੁਝ ਐਵੇਂ ਵੀ ਹੁੰਦੀ ਹੈ ਅਪਰੋਚ ਮੈਨੂੰ ਡਰ ਸੀ ਕਿ ਲਾਲਚ ਸੀ ਦੇਖੋ ਮੈਂ ਤੁਹਾਨੂੰ ਮੈਂ ਤੁਹਾਨੂੰ ਸਾਫ਼ ਗੱਲ ਦੱਸਦਾ ਲਾਲਚ ਦਿੱਤਾ ਮੈਨੂੰ ਲਾਲਚ ਹੈ ਨਹੀਂ ਹਾਂਜੀ ਇਸ ਕਰਕੇ ਮੈਨੂੰ ਕੋਈ ਜ਼ਰੂਰਤ ਨਹੀਂ ਹੈ ਲਾਲਚ ਦੇ ਲਾਲਚ ਕਰਕੇ ਮੈਂ ਕਿਸੇ ਪਾਰਟੀ ਦਾ ਮੈਂ ਜਿੱਥੇ ਬੈਠਾ ਅਸਲ ਗੱਲ ਇਹ ਹੈ ਚੇਅਰਮੈਨੀਆਂ ਹਮ ਕੁਰਸੀਆਂ ਲੈਣੀਆਂ ਮੈਨੂੰ ਕਈ ਵਾਰੀ ਇਹ ਡਰ ਲੱਗਦਾ ਵੀ ਜੇ ਕੁਰਸੀ ਦਾ ਪਾਵਾਂ ਕਿਸੇ ਨੇ ਖਿੱਚ ਲਿਆ ਤਾਂ ਕੂੜੀਆਂ ਫੁੱਟਣਗੀਆਂ ਬੁੰਜੇ ਬੈਠੇ ਆ ਬੜੇ ਆਨੰਦ ਨਾਲ ਬੈਠੇ ਗਰਿੰਦਾ ਖੰਨ ਰਹੀ ਨਹੀਂ ਹੈ ਕਿਦਰਾਈ ਨਹੀਂ ਹੈ ਅੱਛਾ ਮੈਂ ਤੁਸੀਂ ਤੁਸੀਂ ਡਰ ਦਾ ਜ਼ਿਕਰ ਕੀਤਾ ਲਾਲਚ ਦਾ ਜ਼ਿਕਰ ਕੀਤਾ ਦੋ ਚੀਜ਼ਾਂ ਦਾ ਮੈਂ ਤੀਜੀ ਚੀਜ਼ ਦਾ ਜ਼ਿਕਰ ਕਰਦਾ ਇੱਕ ਰਿਸ਼ਤੇ ਹੁੰਦੇ ਆ ਯਾਰੀ ਦੋਸਤੀ ਹੁੰਦੀ ਹੈ ਜਾਂ ਇੱਕ ਮੈਂ 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 ਡਾਇਰੈਕਟ ਹੀ ਆ ਜਾਣਾ ਉਸ ਗੱਲ ਤੇ ਕਿ ਸੀਐਮ ਭਗਵੰਤ ਮਾਨ ਹੋਰਾਂ ਦੇ ਨਾਲ ਤੁਹਾਡਾ ਜੋ ਰਿਸ਼ਤਾ ਹੈ ਥੋੜਾ ਜਿਆਦਾ ਤਾਂ ਅਸੀਂ ਸਮਝਣਾ ਵੀ ਚਾਹਾਂਗੇ ਕਿ ਉਸ ਰਿਸ਼ਤੇ ਦੇ ਜ਼ਰੀਏ ਵੀ ਅਪਰੋਚ ਹੋਈ ਦੇਖੋ ਦਲੇ ਭਗਵੰਤ ਇੱਕਦਮ ਇੱਕ ਤੋਂ ਛੋਟੇ ਹੂੰ ਦੂਜੇ ਉਹ ਮੇਰੇ ਨਾਲ ਮੇਰੇ ਸਹਾਇਕ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਸਾਡਾ ਸ਼ੁਰੂਆਤ ਕਹਿੰਦੇ ਤੁਹਾਡੇ ਤੁਹਾਡੇ ਸਟੇਜ ਤੋਂ ਹੋਈ ਤੁਹਾਡੇ ਤੋਂ ਕੀਤੀ ਸੀ ਹਾਂ ਮੈਂ ਤੁਹਾਨੂੰ ਸ਼ੁਰੂ ਕੀਤੀ ਹੈ ਸ਼ੁਰੂਆਤ ਕੀਤੀ ਹੈ ਹੂੰ ਕਲਾਕਾਰੀ ਦੀ ਹਾਂ ਜੀ ਮੇਰੇ ਮਤਲਬ ਬਹੁਤ ਅچھے ਸੰਬੰਧ ਨੇ ਪਹਿਲਾਂ ਵੀ ਸੀਗੇ ਹੁਣ ਵੀ ਹੈਗੇ ਨੇ ਰਹਿਣਗੇ ਵੀ ਐਵੇਂ ਜਿਵੇਂ ਠੀਕ ਪਾਰਟੀ ਦੀ ਸੋਚ ਅਲੱਗਾ ਹੁੰਦੀ ਆ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਪਾਰਟੀ ਦਾ ਆਪਣਾ ਆਪਣਾ ਨੀਤੀ ਹੈਗੀ ਹੈ ਤੇ ਮੈਨੂੰ ਨੀਤੀਆਂ ਕਾਂਗਰਸ ਦੀਆਂ ਚੰਗੀਆਂ ਲੱਗਦੀਆਂ ਨੇ ਇਸ ਕਰਕੇ ਮੈਂ ਉਸ ਪਾਰਟੀ ਨਾਲ ਜੁੜਿਆ ਹੋਇਆ ਹਾਂ ਜਿੰਦ ਤੱਕ ਭਗਵਨ ਜੀ ਦਾ ਤੱਲਕ ਹੈ ਉਹ ਬਤੌਰ ਮੁੱਖ ਮੰਤਰੀ ਮੇਰੀ ਉਹ ਉਨੀ ਇੱਜ਼ਤ ਕਰਦੇ ਨੇ ਜਿੰਨੀ ਮੇਰੀ ਪਹਿਲਾਂ ਕਰਦੇ ਸੀਗੇ ਠੀਕ ਹੈ ਹੁਣ ਵੀ ਹਾਂਜੀ ਜਦੋਂ ਉਹਨਾਂ ਦਾ ਜੀ ਕਰਦਾ ਤੇ ਫੂਲ ਵੀ ਕਰ ਲੈਂਦੇ ਨੇ ਜਦੋਂ ਜੀ ਕਰਦਾ ਉਹਨਾਂ ਦਾ ਮੈਨੂੰ ਬੁਲਾ ਵੀ ਲੈਂਦੇ ਨੇ ਫੰਕਸ਼ਨ ਤੇ ਮੈਂ ਜਾਇਆ ਉਹਨਾ ਮੈਨੂੰ ਇਹ ਬਹੁਤਾ ਇਹਨਾਂ ਗੱਲਾਂ ਦਾ ਮੈਂ ਬਹੁਤਾ ਖਿਆਲ ਨਹੀਂ ਕਰਦਾ ਤੁਸੀਂ ਤੁਸੀਂ ਜ਼ਿਕਰ ਕੀਤਾ ਕਿ ਸ਼ੁਰੂਆਤ ਵਿਜੇ ਵੀ ਉਸ ਦਾ ਜ਼ਿਕਰ ਕਰ ਰਹੇ ਸੀ ਕੋਈ ਕਿੱਸਾ ਯਾਦ ਹੈ ਕਿ ਜਦੋਂ ਭਗਵੰਤ ਮਾਨ ਤੁਹਾਨੂੰ ਪਹਿਲੀ ਵਾਰ ਮਿਲੇ ਤੁਹਾਡੇ ਨਾਲ ਕੋਈ ਸਟੇਜ ਸਾਂਝੀ ਕੀਤੀ ਕੋਈ ਕਿੱਸਾ ਹੋਵੇ ਜਿਹੜਾ ਭਗਵੰਤ ਮਾਨ ਦਾ ਤੁਹਾਨੂੰ ਯਾਦ ਹੋਵੇ ਨਹੀਂ ਇਹਦੇ ਵਿੱਚ ਕੀ ਹੈ ਮੇਰੀ ਇੱਕ ਕੰਪਨੀ ਸੀ ਰਿਕਾਰਡਿੰਗ ਕੰਪਨੀ ਠੀਕ ਹੈ ਲੁਧਿਆਣੀ ਸੀ ਉਹ ਹਾਂ ਉਸ ਕੰਪਨੀ ਦਾ ਕੰਮ ਜਿਹਨੂੰ ਮੈਂ ਸੰਭਾਲਿਆ ਹੋਇਆ ਸੀਗਾ ਉਹ ਬੰਦਾ ਇਸ ਇਲਾਕੇ ਦਾ ਸੀਗਾ ਜਿੱਥੋਂ ਦੇ ਇਹ ਹੈਗੇ ਨੇ ਸਗਰੂਰ ਇਲਾਕੇ ਦੇ ਸਗਰੂਰ ਇਲਾਕੇ ਦੇ ਉਹ ਜਾਣਦੇ ਸੀਗੇ ਮੇਰਾ ਕੰਮ ਹੁੰਦਾ ਸੀ ਸਟੇਜ ਦਾ ਠੀਕ ਹੈ ਇਹ ਕਿਉਂਕਿ ਸਕੂਲਾਂ ਚ ਔਰ ਕਾਲਜਾਂ ਦੇ ਵਿੱਚ ਹੈ ਜੀ ਇਹਨਾਂ ਨੇ ਜ਼ਰੂਰ ਪਾਰਟਿਸਿਪੇਟ ਕੀਤਾ ਹੋਇਆ ਸੀ ਪ੍ਰੋਗਰਾਮ ਠੀਕ ਹੈ ਐਸੇ ਕਰਕੇ ਇਹਨੂੰ ਸ਼ੌਕ ਸੀਗਾ ਹੈ ਜੀ ਉਸ ਬੰਦੇ ਨੇ ਮੈਨੂੰ ਇਹਨਾਂ ਨੂੰ ਮਿਲਾਇਆ ਜਿਸ ਦਿਨ ਮੈਂ ਪਹਿਲੇ ਦਿਨ ਇਹਨਾਂ ਨੂੰ ਸਟੇਜ ਤੇ ਸੁਣਿਆ ਉਸੇ ਦਿਨ ਮੇਰੇ ਮਨ ਚ ਬਸ ਗਿਆ ਬੀਟ ਟੈਲੈਂਟਡ ਬੱਚਾ ਹੈ ਬਹੁਤ ਅੱਛਾ ਹੈ ਔਰ ਅੱਗੇ ਜਾਊਗਾ ਅਸੀਂ 1 ਸਾਲ ਇਕੱਠੇ ਰਹੇ ਹਾਂ ਠੀਕ ਹੈ ਹੈ ਜੀ ਫਿਰ ਟੁੱਟ ਗਿਆ ਹੋਗਾ ਇਹ ਕੁਟੇ 1 ਸਾਲ ਬਾਅਦ ਨਾ 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 ਟੁੱਟੀ ਨਹੀਂ ਹੈ ਮੈਂ ਇਹਨਾਂ ਦਾ ਟੈਲੈਂਟ ਦੇਖ ਕੇ ਮੈਂ ਆਪਣੇ ਆਪ ਹੀ ਕਹਿ ਦਿੰਦਾ ਕਿ ਮੈਂ ਬਹੁਤ ਥੋੜੇ ਪੈਸੇ ਲੈਣਾ ਤੇਰੇ ਜੀ ਟੈਲੈਂਟ ਇੰਨਾ ਹੈ ਕਿ ਮੈਂ ਤੇਰੇ ਤੇਰੀ ਫੀਸ ਨਹੀਂ ਲੈ ਨਹੀਂ ਸਕਦਾ ਆਪਣਾ ਗਰੁੱਪ ਬਣਾ ਲੈ ਪਰਮਾਤਮਾ ਕਰੇ ਤੂੰ ਹੋਰ ਤਰੱਕੀ ਕਰੇ। ਤੁਸੀਂ ਸਟੇਜ ਤੇ ਕਿੰਨੇ ਪੈਸੇ ਦਿੰਦੇ ਸੀ ਭਗਵੰਤ ਮਾਨ ਨੂੰ ਕੁਝ ਯਾਦ ਹੈ? ਚਲੋ ਮੇਰੀ ਗੱਲ ਛੱਡੋ। ਉਹ ਖੁਦ ਵੀ ਦੱਸ ਸਕਿਆ ਨਾ ਮੈਂ ਮੇਰੇ ਮੂੰਹ ਚੰਗਾ ਨਹੀਂ ਲੱਗਦਾ। ਅੱਛਾ ਨਹੀਂ। ਨਹੀਂ ਚਲੋ ਫਿਰ ਵੀ ਲੋਕਾਂ ਦਾ ਅੱਛਾ ਨਹੀਂ ਲੱਗਦਾ ਮੈਨੂੰ ਇੰਨਾ ਪਤਾ ਹੈ ਕਿ ਮੇਰੇ ਘਰੇ ਉਹ ਠਹਿਰਦੇ ਸੀਗੇ। ਮੇਰੇ ਘਰੇ ਉਹ ਰੋਟੀ ਖਾਂਦੇ ਸੀਗੇ। ਮੇਰੀਆਂ ਗੁੱਡੀਆਂ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ। ਹੈ ਨਹੀਂ? ਤੇ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇੱਕ ਪਰਿਵਾਰ ਵਾਂਗੂ ਅਸੀਂ ਰਹਿੰਦੇ ਸੀਗੇ। ਸੋ ਤੁਹਾਡੇ ਕਹਿੰਦੇ ਉਹਨਾਂ ਨੇ ਗਰੁੱਪ ਬਣਾਇਆ। ਮੇਰੇ ਕਹਿਣ ਦੀ ਗਰੁੱਪ ਬਣਾ ਲਿਆ। ਹਮ। ਜਿਹੜੇ ਕੈਂਡੀਡੇਟਸ ਇਸ ਸਮੇਂ ਤੁਹਾਨੂੰ ਪੰਜਾਬ ਦੇ ਵਿੱਚ ਕਾਂਗਰਸ ਦੇ ਨਜ਼ਰ ਆ ਰਹੇ ਹਨ ਸਣੇ ਫਰੀਦਕੋਟ ਲੱਗਦਾ ਕਿ ਦਮਦਾਰ ਹੈ ਮੈਂ ਇਸ ਕਰਕੇ ਸਵਾਲ ਕਰ ਰਹੇ ਹਾਂ ਕਿਉਂਕਿ ਕਾਂਗਰਸ ਤੇ ਪੰਜਾਬ ਚ ਦੇਸ਼ ਦੇ ਵਿੱਚ ਇਲਜ਼ਾਮ ਲੱਗਦਾ ਕਿ ਬੜੇ ਖਿੰਡੇ-ਖਿੰਡੇ ਨਜ਼ਰ ਆਉਂਦੀ ਹੈ ਕਾਂਗਰਸ ਪੰਜਾਬ ਦੇ ਵਿੱਚ ਵੀ ਹੁਣ ਤੁਹਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਤੁਸੀਂ ਪ੍ਰਚਾਰ ਕਰਨ ਨਹੀਂ ਗਏ ਕਿਸ ਦੀ ਕੋਈ ਗੱਲ ਹੈ ਕਿਸੇ ਦੀ ਕੋਈ ਗੱਲ ਹੈ ਆਪੋ ਆਪਣੇ ਤੁਸੀਂ ਕਹਿ ਸਕਦੇ ਹੋ ਡੀ ਦੇ ਵਿੱਚ ਖੇਡ ਰਹੇ ਨੇ ਸਾਰੇ ਬੇਨਤੀ ਹੈ ਫੋਨ ਮੈਨੂੰ ਰਧਾਂਜੀ ਦਾ ਵੀ ਆਇਆ ਹੂੰ ਫੋਨ ਮੈਨੂੰ ਸਾਡੇ ਲੀਡਰਾਂ ਦੇ ਵੀ ਆਇਆ ਗਾਹੀ ਤੁਸੀਂ ਫੇਰ ਨਹੀਂ ਨਹੀਂ